ਕਰਾਂਗਾ ਸਰਦਾਰ ਸੁਖਮਿੰਦਰਪਾਲ ਸਿੰਘ ਗਰੇਵਾਲ ਜੀ ਨੂੰ ਅਤੇ ਉਹ ਵੀ ਆਪਣੇ ਵਿਚਾਰ ਦੱਸਣਗੇ ਸਾਨੂੰ ਆਸ਼ੀਰਵਾਦ ਦੇਣਗੇ ਆ ਕੇ ਹੋਰ ਵੀ ਸਾਨੂੰ ਹੋਰ ਵਧੀਆ ਰਾਹ ਪਾਉਣਗੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਜੀ ਗ੍ਰਾਮ ਖਾਦੀ ਉਦਯੋਗ ਬੋਰਡ ਦੇ ਪੰਜਾਬ ਸਰਕਾਰ ਦੇ ਚੇਅਰਮੈਨ ਸ਼੍ਰੀ ਵਿਜੇ ਸਾਂਪਲਾ ਜੀ ਆਰ ਸਿੰਘ ਚੋਪੜਾ ਜੀ ਔਰ ਇੱਥੇ ਹਾਜ਼ਰ ਮੇਰੇ ਸਤਿਕਾਰਯੋਗ ਮਾਤਾ ਸਰਦਾਰਨੀ ਮਨਜੀਤ ਕੌਰ ਗਰੇਵਾਲ ਜੀ ਭਰਾ ਗੁਰਵੀਰ ਸਿੰਘ ਜੀ ਉਹਦਾ ਪਰਿਵਾਰ ਆਰ ਸਿੰਘ ਚੋਪੜਾ ਜੀ ਕੇਵਲ ਜੀ ਇੱਥੇ ਹਾਜ਼ਰ ਮੇਰੇ ਸਤਿਕਾਰਯੋਗ ਛੋਟੇ ਭਰਾਵੋ ਮੇਜੋ ਭੈਣੋ ਫਤਿਹ ਅੱਜ ਕੱਲ੍ਹ ਉਹਨਾਂ ਫਤਿਹ ਨਾਲ ਜਵਾਬ ਫਤਿਹ ਜੀ ਸ੍ਰੀ ਵਾਹਿਗੁਰੂ ਜੀ ਕਾ ਇੱਕ ਮੈਂ ਚਾਹੁੰਦਾ ਸਮਝਣਾ ਵੀ ਅੱਜ ਸਾਂਪਲਾ ਜੀ ਸਾਡੇ ਵਿੱਚ ਆਏ ਨੇ ਵੀ ਜਿਹੜੀ ਅਸੀਂ ਸ਼ੁਰੂਆਤ ਕੀਤੀ ਸੀ ਔਰ ਜਿਸ ਤਰੀਕੇ ਨਾਲ ਕੀਤੀ ਸੀ ਜਿਵੇਂ ਮੰਜ਼ਿਲ ਤੈਅ ਕੀਤੀ ਅੱਜ ਜਿਹੜੀ ਮੰਜ਼ਿਲ ਆਪਾਂ ਅਖੀਰੀ ਪੜਾਅ 'ਤੇ ਪਹੁੰਚੇ ਹੈਗੇ ਹਾਂ ਅਤੇ ਇੱਕ ਵੱਡਾ ਆਸ਼ੀਰਵਾਦ ਪੰਜਾਬ ਸਰਕਾਰ ਵੱਲੋਂ ਚੇਅਰਮੈਨ ਸਾਹਿਬ ਵੱਲੋਂ ਤੁਹਾਨੂੰ ਮਿਲ ਰਿਹਾ ਕਿ ਮੈਂ ਕਹਿੰਦਾ ਵੀ ਤੁਸੀਂ ਇਹ ਮੰਜ਼ਿਲ ਸਹੀ ਢੰਗ ਨਾਲ ਪ੍ਰੋਪਰ ਮਿੱਠੇ ਨਿਸ਼ਾਨੇ 'ਤੇ ਸਹੀ ਸਮੇਂ 'ਤੇ ਕੀਤੀ ਚੇਅਰਮੈਨ ਸਾਹਿਬ ਨੂੰ ਦੱਸਦਾ ਵੀ ਪਿੰਡਾਂ ਦੇ ਵਿੱਚੋਂ ਇਹ ਬੱਚੇ ਜਿਹੜੇ ਸੀ ਇਹ ਅਲੱਗ ਅਲੱਗ ਪਿੰਡਾਂ 'ਚੋਂ ਨੇ ਅੱਠਵੀਂ ਤੋਂ ਬਾਅਦ ਦਸਵੀਂ ਤੋਂ ਬਾਅਦ ਪਲੱਸ ਟੂ ਤੋਂ ਬਾਅਦ ਜਿਹੜੇ ਵਿਹਲੇ ਸੀ ਔਰ ਜਿੱਥੇ ਕਿਤੇ ਪਿੰਡਾਂ ਦੇ ਵਿੱਚ ਇੱਕ ਦੂਜੇ ਨਾਲ ਸਲਾਹ ਕਰਦੇ ਹੈਗੇ ਵੀ ਮੈਂ ਕੀ ਕੰਮ ਕਰਾਂ ਅਤੇ ਨਾਲ ਸਲਾਹ ਕਰਨ ਵਾਲਾ ਵੀ ਦੱਸਦਾ ਹੈਗਾ ਵੀ ਮੈਂ ਖੁਦ ਵਿਹਲਾ ਵੀ ਕੋਈ ਰਾਹ ਨਹੀਂ ਲੱਭਦਾ ਖੁਦ ਇਹ ਜਿਹੜਾ ਰਾਹ ਸਾਨੂੰ ਲੱਭਿਆ ਹੈ ਸਾਰਿਆਂ ਨੂੰ ਸਹਿਯੋਗ ਦਿੱਤਾ ਔਰ ਵਿਰਾਸਤ ਜਿਹੜੀ ਐਨ ਜੀ ਓ ਪ੍ਰਣਾਲੀ ਚੱਲਦੀ ਸੀ ਉਹਦੇ ਨਾਲ ਕੋਲੈਬੋਰੇਸ਼ਨ ਕਰਦੇ ਹੋਏ ਅੱਜ ਜਿਹੜੇ 42 ਬੱਚੇ ਸਾਡੇ ਹੈਗੇ ਆ ਇਹ ਮੈਂ ਕਹਿੰਦਾ ਵੀ ਇਹ ਜ਼ਿੰਦਗੀ ਭਰ ਪੂਰੇ ਸਕਸੈਸ ਰਹਿਣਗੇ ਕਿਉਂਕਿ ਮੇਰੇ ਛੋਟਾ ਭਰਾ ਅਵਤਾਰ ਸਿੰਘ ਆ ਜਿੱਥੇ ਹਾਜ਼ਰ ਨਹੀਂ ਹੈਗਾ ਉਹ ਇਹਨਾਂ ਦਾ ਚੀਫ ਸੀਗਾ ਜੀ ਉਹ ਰਿਮਟ ਕਾਲਜ ਦਾ ਹੈੱਡ ਆ ਕੰਪਿਊਟਰ ਸਾਇੰਸ ਜਿਹੜਾ ਸੀਗਾ ਇਹਨਾਂ ਦਾ ਗਰੁੱਪ ਉੱਥੇ ਅਤੇ ਗਿੰਨੀ ਬੈਠੇ ਹੈਗੇ ਆ ਉਹਨਾਂ ਦੇ ਜਿਹੜੇ ਅਸਿਸਟੈਂਟ ਨੇ ਔਰ ਇਹਨਾਂ ਨੇ ਬੱਚਿਆਂ ਨੇ ਵੀ ਜ਼ਿੰਮੇਵਾਰੀ ਨਿਭਾਈ ਆ ਉਹ ਕਿਵੇਂ ਨਿਭਾਈ ਆ ਇਹਨਾਂ ਦਾ ਮਾਨਸੀ ਸਿੱਖਣ ਅਸੀਂ ਕਿਹਾ ਸੀਗਾ ਵੀ ਅਸੀਂ 7 ਵਜੇ ਕਲਾਸ ਸ਼ੁਰੂ ਕਰਨੀ ਕਿਉਂਕਿ ਉਹਨਾਂ ਨੇ ਇੱਥੇ ਕਲਾਸ ਲਾ ਕੇ ਮੁੜ ਕੇ ਗੋਬਿੰਦਗੜ੍ਹ ਮੰਡੀ ਜਾ ਕੇ ਕਾਲਜ ਆਪਦਾ ਸ਼ੁਰੂ ਕਰ ਬਾਤ ਕਰਨੀ ਇਹਨਾਂ ਨੂੰ ਇਹ ਕਿਹਾ ਸੀ ਵੀ 7 ਵਜੇ ਦਾ ਮਤਲਬ ਆ 10 ਮਿੰਟ ਪਹਿਲਾਂ ਔਰ ਸ਼ਾਬਾਸ਼ ਹੈ ਇਹਨਾਂ ਦੇ ਵੀ ਕਿਸੇ ਕੋਈ ਮੁਸ਼ਕਲਾਂ ਤੋਂ ਆਈ ਹੋਵੇ ਕੁਛ ਹੋਰ ਹੋਇਆ ਹੋਵੇ ਵੀ ਕਿਸੇ ਨੇ ਜਾਣ ਬੁੱਝ ਕੇ ਉਹ ਡਿਲੇ ਨਹੀਂ ਕੀਤੀ ਨਹੀਂ ਉਹ 10 ਮਿੰਟ ਪਹਿਲਾਂ ਹੀ 7 ਵਜੇ ਤੋਂ ਕਲਾਸ ਸ਼ੁਰੂ ਹੋ ਗਈ 11:30 ਇਹ ਸਾਰੇ ਵਿਹਲੇ ਹੋ ਜਾਂਦੇ ਸਨ ਪਰ ਮੁੰਬਈ ਦਾ ਜਿਹੜਾ 3 ਸਾਲ ਦੇ ਵਿੱਚ ਐਕਸਪੀਰੀਅੰਸ ਮਿਲਦਾ ਸੀਗਾ ਜਾਂ ਹੋਰ ਆ ਉਹ ਜਿਹੜਾ ਡਿਪਲੋਮੇ ਵਾਲਾ ਸਿਲੇਬਸ ਸੀ ਉਹ ਖੇਡ ਸਰਲ ਭਾਸ਼ਾ ਦੇ ਵਿੱਚ ਕਰਕੇ ਇਹਨਾਂ ਦੇ ਨਾਲ ਬੈਠ ਕੇ ਪ੍ਰੈਕਟੀਕਲ ਇਹਨਾਂ ਦੀ ਮਿਹਨਤ ਕਰਵਾਈ ਆ ਔਰ ਉਹ ਇੱਕ ਜਿਹੜਾ ਅਵਤਾਰ ਸਿੰਘ ਪੁਰਸ਼ ਆ ਉਹਨੇ ਮਿਹਨਤ ਕੀਤੀ ਆ ਗਾਂ ਵੀ ਕਰ ਰਹੇ ਆ ਇੱਕ ਉਹ ਸਕਸੈਸਫੁਲ ਆਦਮੀ ਆ ਔਰ ਉਹਦੇ ਪੜ੍ਹਾਏ ਹੋਏ ਜਿਹੜੇ ਬੱਚੇ ਹੈਗੇ ਉਹਨਾਂ ਦੇ ਕਦੇ ਮਾਰ ਨਹੀਂ ਇੱਕ ਬੱਚਾ ਆਇਆ ਸੀ ਉਹ ਕਹਿੰਦਾ ਵੀ ਮੈਂ ਤਾਂ ਵੀ ਸ਼ਾਇਦ ਕਮਾਂ ਜਾ ਕੇ ਨਾ ਕਰਾਂ ਕੰਪਿਊਟਰ ਵੀ ਮੈਂ ਜ਼ਿਆਦਾ ਤਾਂ ਨਹੀਂ ਧਿਆਨ ਦੇ ਰਿਹਾ ਉਹ ਕਹਿੰਦਾ ਮੇਰੇ ਤਾਂ ਮੇਰੀ ਹੱਦ ਕਾ ਤੂੰ ਜੇ ਮੇਰੇ ਕੋਲ ਆਇਆ ਤਾਂ ਫਿਰ ਤੈਨੂੰ ਇਹ ਕਰਕੇ ਜਾਣਾ ਪਊਗਾ ਨਹੀਂ ਫਿਰ ਤੂੰ ਆਇਆ ਕਿਵੇਂ ਸੀਗਾ ਇਹ ਤਾਂ ਮੇਰੀ ਇਨਸਲਟ ਇਸ ਕਰਕੇ ਮੈਂ ਸਮਝਦਾ ਸੀਗਾ ਵੀ ਕਾਫੀ ਹੱਦ ਤੱਕ ਜਿਹੜੇ ਸਾਡੇ ਬੱਚੇ ਨੇ ਇਹ ਕਿਸੇ ਵੀ ਫੀਲਡ 'ਚ ਜਾਣਗੇ ਤਾਂ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਅਤੇ ਮੈਂ ਇਕੱਲੇ ਨੇ ਸ਼ੁਰੂਆਤ ਕੀਤੀ ਸੀ ਹੁਣ ਤਾਂ ਪਰਿਵਾਰ ਵੱਡਾ ਹੋ ਗਿਆ ਅਸੀਂ ਹਰੇਕ ਮਹੀਨੇ ਵਿੱਚ ਸਾਂਪਲਾ ਜੀ 1 ਔਰ 15 ਤਰੀਕ ਦੀ ਆਪਸੀ ਫੇਰ ਮੀਟਿੰਗਾਂ ਰੱਖੀਆਂ ਹੋਈਆਂ ਨੇ ਇਹਨਾਂ ਦੇ ਨਾਲ ਸਾਰਿਆਂ ਨਾਲ ਸੰਪਰਕ ਆ ਵੀ ਕਿਸੇ ਨੂੰ ਮੁਸ਼ਕਲਾਤ ਹੁੰਦੀ ਹੈਗੀ ਆ ਵੀ ਇਹ ਕਹਿੰਦੇ ਵੀ ਮਹੀਨੇ 'ਚ ਆਪਾਂ 2 ਵਾਰ ਬਹਿਣਾ ਹੀ ਪੈਣਾ ਮੈਂ ਤਾਂ ਇਹਨੂੰ ਕਹਿੰਦਾ ਸੀ ਮਹੀਨੇ 'ਚ 1 ਵਾਰ ਬਹੁਤ ਹੁੰਦਾ ਲੇਕਿਨ ਇਹਨਾਂ ਦੀ ਅਟੈਚਮੈਂਟ ਜ਼ਿਆਦਾ ਹੈਗੀ ਆ ਔਰ ਇਹਨਾਂ ਨੇ ਆਪਣੇ ਵੱਲੋਂ ਕੰਪੈਲ ਕੀਤਾ ਵੀ ਮਹੀਨੇ 'ਚ 2 ਵਾਰ ਇਸ ਕਰਕੇ ਜਦੋਂ ਅਸੀਂ ਇਕੱਠੇ ਹੁੰਦੇ ਰਹਾਂਗੇ ਬੈਠਦੇ ਰਹਾਂਗੇ ਜਿਹਦੀ ਕੋਈ ਮੁਸ਼ਕਲਾਤ ਹੋਊਗੀ ਉਹਨੂੰ ਸੋਲਵ ਕਰਾਂਗੇ ਸਾਰੇ ਯਤਨ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ 3 ਜਾਂ 4 ਤਰੀਕ ਨੂੰ ਇੱਕ ਤਾਂ ਕੰਪਿਊਟਰ ਹਾਰਡਵੇਅਰ ਦਾ ਆਪਾਂ ਦੁਬਾਰਾ ਸ਼ੁਰੂ ਕਰ ਰਹੇ ਇੱਕ ਲੜਕੀਆਂ ਲਈ ਫੈਸ਼ਨ ਡਿਜ਼ਾਇਨਿੰਗ ਦਾ ਤਰੀਕਾ ਉਹ ਬਿਲਕੁਲ ਇੱਕ ਬਰਾਤੀ ਹੈਗੀ ਆ ਉੱਥੇ ਹੀ ਜਿਹੜੇ ਲੜਕੀਆਂ ਦਾ ਅਲੱਗ ਤੌਰ 'ਤੇ ਲੜਕੀਆਂ ਦਾ ਇੱਥੇ ਹਾਰਡਵੇਅਰ ਦਾ ਫੈਸ਼ਨ ਡਿਜ਼ਾਇਨਿੰਗ ਦਾ ਲੜਕੀ ਤੌਰ 'ਤੇ ਉਹਦੇ ਵਿੱਚ ਮੈਂ ਆਪਣੇ ਡਾਇਰੈਕਟਰ ਸਾਹਿਬ ਦਾ ਧੰਨਵਾਦ ਕਰਦਾ
ਔਰ ਅਪੀਲ ਕਰਦਾ ਵੀ ਅੱਗੇ ਤੋਂ ਵੀ ਇਸੇ ਤਰ੍ਹਾਂ ਸਹਿਯੋਗ ਮਿਲਦਾ ਰਹੂੰਗਾ ਕਰੂੰਗਾ ਔਰ ਚੇਅਰਮੈਨ ਸਾਹਿਬ ਦਾ ਇੱਥੇ ਹੋਣਾ ਸਾਰਿਆਂ ਨੂੰ ਵੀ ਧੰਨਵਾਦ ਕਰਦਾ ਇਹਨਾਂ ਨੂੰ ਬੇਨਤੀ ਕਰਦਾ ਵੀ ਸਪੈਸ਼ਲ ਦਿੰਦੇ ਵੀ ਸਾਡੇ ਵਿੱਚ ਸਾਡੇ ਬੱਚਿਆਂ ਦੇ ਵਿੱਚ ਇਸੇ ਤਰ੍ਹਾਂ ਆਉਂਦੇ ਰਹਿਣ ਅਤੇ ਉਹਨਾਂ ਦਾ ਮਾਰਗਦਰਸ਼ਨ ਕਰਦੇ ਰਹਿਣ ਔਰ ਇਹ ਜਿਹੜਾ ਪਰਿਵਾਰ ਹੈਗਾ ਇਕੱਠਾ ਚੱਲਿਆ ਹੈਗਾ ਤਾਂ ਜਿਹੜੇ ਸਾਰੇ ਦੇ ਸਾਰੇ ਬੱਚੇ ਜਿਹੜੇ ਹੈਗੇ ਆ ਤਰੱਕੀ ਕਰਨ ਇਹਨਾਂ ਦੇ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਫਿਊਚਰ ਹੈਗਾ ਉਹ ਬ੍ਰਾਈਟ ਹੋਵੇ ਮੈਂ ਬਹੁਤਾ ਨਹੀਂ ਸਮਾਂ ਲੈਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਫਿਰ ਇਕੱਠੇ ਹੋਏ ਹੋ ਅੱਜ ਤੁਹਾਨੂੰ ਸਰਟੀਫਿਕੇਟ ਵੀ ਦੇਣੇ ਹੈਗੇ ਚੇਅਰਮੈਨ ਸਾਹਿਬ ਵੀ ਦੇਣਗੇ ਅਸ਼ੀਰਵਾਦ ਦੇ ਕੇ ਜਾਣਗੇ ਔਰ ਇਹਨਾਂ ਦਾ ਅਸ਼ੀਰਵਾਦ ਲੱਭ ਕੇ ਲੈਣਾ ਹੈਗਾ ਇਹਨਾਂ ਨੂੰ ਆਪਾਂ ਬਾਰ ਬਾਰ ਆਪਣੇ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ।